डॉक्टर जमीर नूं विखा लिया यार। ओ भाई केड़े केड़े डॉक्टर नूं दिखा लिया वे, ते हुण अल्लाह पाक ने कुछ दसो मैनू कि कोई आपां जगह छड्डी है, कोई दम दरूद वाली, कोई डॉक्टर, कोई जिन्ने जिन्ने क्या हकीमां दे कोल क्या, हकीमां को लै गए आ, डॉक्टरां को लै गए, हुण अल्लाह दा निजाम आ जी। चल शुक्र है ते अज धुप लगी आ, मैं खा चार दिन धुप भी लगे ना, ते आ जिहड़े जोड़ जूड़ दे ये वो सीधा। हाँ की आ मूँह सुकी जांदा, कहिंदा मूँह सुकदा। ओए हुण कोई नहीं, अल्लाह पाक खैर करे, जूस लियांदे पए अंदर पियो, पी हुण पिया नहीं मुंडिया ने, दिल नहीं करदा हैं, दिल नहीं करदा। तलक वास्ता कड के चेक कराया, यार अलग दुआ करो, लेकिन सिस्टम कोई नहीं हैगा, कुछ खाना पीना दिल ही नहीं करदा, दिल ही नहीं करदा, खाना पीना भी छड्डी जान दे। चाचा रमजान नूं पुछना सी, ओह वी कहिंदा सी बंदा हैगा मेरे कोल इक डॉक्टर। ओ भाजी मैं उदण इहनूं उत्थे लै गया शहर, उत्थे कल्ला वाले नूं दिखाया, ओह वी कहण डिया कि यार इहदे सिस्टम कुछ सानूं समझ नहीं आउण डिया। अच्छा लग रहा है अटकोट ते करवाउणा है, दुआ शुआ करो अल्लाह अगे, दुआ करो कि बस अल्लाह इहनूं तंदुरुस्ती देवे। आमीन आमीन। किद्दां फौत होए? हांजी ओ भाई बीमार आ यार, बीमार आ, हिलण डिया। अच्छा हिलण डिया, हिलण डिया। ਕਿੱਦਾਂ ਫੌਤ ਹੋਏ? ਲਾਸ਼ ਇੱਦਾਂ ਪੈਂਦੀ ਹੈ ਨਾਲ ਇੱਦਾਂ ਹੀ, ਬਿਲਕੁਲ ਇੱਦਾਂ ਹੀ ਪੈਂਦੀ ਹੈ। ਉਹ ਯਾਰ ਇੱਦਾਂ ਹੀ ਪਈ ਹੁੰਦੀ ਤਾਂ ਪੁਲਿਸ ਵਾਲੇ ਆ ਕੇ ਨਾ, ਉਹ ਤੁਸੀਂ ਬਾਹਰਲੇ ਮੁਲਕਾਂ 'ਚ ਦੇਖਿਆ ਨਹੀਂ ਇੱਦਾਂ, ਫਿਰ ਚਾਕ ਲੈ ਕੇ ਨਾ ਇੱਦਾਂ ਹੀ ਨਿਸ਼ਾਨ ਲਾਉਂਦੇ ਆ ਇੰਜ ਕਿ ਇਸ ਜਗ੍ਹਾ 'ਤੇ ਇੰਜ ਲਾਸ਼ ਇੰਜ ਬਣੀ ਬਣਾਈ ਹੈ। ਉਹ ਵੀਰੇ ਲਾਸ਼ ਕਦੋਂ ਕਤਲ ਹੋਇਆ ਕਿ ਉਹਨਾਂ ਨੇ ਇੰਜ ਆਣ ਕੇ ਚੀਟੇ ਲਾਉਣੇ ਨੇ? ਜਿਹੜਾ ਖੂਨ ਨਿਕਲਣ ਡਿਆ ਕਤਲ ਕੁਤਲ ਨਹੀਂ ਹੋਇਆ ਵੈਸੇ, ਇੱਦਾਂ ਦੇ ਪਏ ਪਏ ਪੁਰਬ। ਤੁਸੀਂ ਕਿਤੇ ਨਾਸ਼ਤਾ ਕਰਕੇ ਆ ਰਹੇ ਹੋ ਜਾਂ ਬਕਵਾਸ ਕਰਕੇ ਆ ਰਹੇ ਹੋ? ਆਉਂਦੇ ਤੁਸੀਂ ਸ਼ੁਰੂ ਹੋ ਗਏ ਯਾਰ ਤੁਸੀਂ। ਸਾਡਾ ਯਾਰ ਵੱਡਾ ਭਰਾ ਵਾ, ਅਸੀਂ ਦੁਨੀਆ ਦਾ ਕੋਈ ਕੋਣਾ ਨਹੀਂ ਛੱਡਿਆ। ਨਾਰਵੇ ਵੀ ਲੱਗ ਗਿਆ ਸੀ? ਹੈਂ ਨਾਰਵੇ? ਨਾਰਵੇ ਕੀ ਗੱਲ ਹੈ? ਉਹ ਦੁਨੀਆ ਦਾ ਆਖਰੀ ਕੋਣਾ ਹੈ ਨਾ, ਤੁਸੀਂ ਕਹਿ ਰਹੇ ਕਿ ਦੁਨੀਆ ਦਾ ਕੋਈ ਕੋਣਾ ਨਹੀਂ ਛੱਡਿਆ? ਓਏ ਯਾਰ ਸਾਡੀ ਜਿੱਥੇ ਤੱਕ ਵਾਹ ਜਿੰਦ ਸੀ ਅਸੀਂ ਲਾਈ ਆ, ਇਹ ਹੁਣ ਅੱਲਾ ਦਾ ਮਾਮਲਾ ਵਾ। ਨਾਰਵੇ ਦੀ ਜਿਹੜੀ ਉਹ ਆਖਰੀ ਉੱਥੇ ਆਬਸ਼ਾਰ ਆ, ਉੱਥੇ ਨਵਾਇਆ ਇਹਨੂੰ? ਕਿਉਂ, ਕਿਸੇ ਪੀਰ ਨੇ ਬਣਾਈ ਆ ਕਿ ਉਹ ਸਾਫ ਸ਼ਾਰ ਚ ਨਵਾਈਏ ਤੇ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਣਗੇ। ਜਾ ਮੇਰਾ ਵੀਰ ਥੱਲੇ ਬੂਟ ਪਾਏ ਆ ਤੂੰ, ਉੱਤੇ ਤੂੰ ਮਫਲਰ ਲੈ ਆ ਕਿਤੇ ਉੱਥੇ ਜਾ ਕੇ ਮੇਰਾ ਸਾਰੇ ਹਾਲ ਚੱਲਾਂ ਤੇ ਜਾ, ਚੱਲ ਜਾ ਮੇਰਾ ਵੀਰ ਤੇਰੇ ਵਰਗੇ। ਸਾਰੇ ਹਾਲ ਨਹੀਂ ਚੱਲਿਆ, ਮੈਂ ਤਾਂ ਇੱਥੇ ਫੌਤਗੀ ਤੇ ਆਇਆ ਭਾਈ, ਮੈਂ ਤਾਂ ਚੱਲਿਆ ਹੁਣ ਵਾਪਸ ਹਾਸਲਪੁਰ। ਲੈ ਅੱਛਾ ਫੌਤਗੀ ਤੋਂ ਆਇਆ ਤੇ ਤੂੰ ਰਾਹ ਚ ਹੁਣ ਫੌਤਗੀਆਂ ਕਰਾਉਂਦੇ ਜਾਣਾ, ਕੋ ਖੁਦਾ ਦਾ ਖੌਫ ਖਾ ਯਾਰ। ਉਹ ਫਿਰ ਜ਼ੇਨ ਉਦਾਂ ਦਾ ਬਣਿਆ ਨਾ, ਮੈਨੂੰ ਲੱਗਾ ਕਿ ਅੱਲਾ ਦੇ ਆ ਬੰਦੇ ਆ, 6 ਮਹੀਨਿਆਂ ਬਾਅਦ ਉਹਨੂੰ ਅੰਦਰੋਂ ਬਾਹਰ ਕੱਢਿਆ, ਧੁੱਪ ਲੱਗੀ ਆ ਤੇ ਤੇ ਤੂੰ ਆਉਂਦਿਆਂ ਕਿਹੜੀਆਂ ਗੱਲਾਂ ਕਰਨਾ? ਮੈਂ ਤੈਨੂੰ ਕਿਹਾ ਵੀ ਸੀ ਕਿ ਬਾਹਰ ਨਾ ਕੱਢੀ, ਇਦਾਂ ਦੇ ਚਵਲ ਟੱਕਰ ਜਾਂਦੇ ਮਹੱਲੇ, ਲੰਘਦੇ ਵੇਖ ਬਕਵਾਸ ਕਿਹੋ ਜੀ ਕੀਤੀ ਸਵੇਰੇ ਸਵੇਰੇ ਉਹਨੇ ਯਾਰ। ਧੁੱਪ ਨਿਕਲੀ ਸਹੀ ਹੈ ਬਾਹਰ, ਕਿ ਸਾਡਾ ਸੌਣਾ ਹਰਾਮ ਹੋਇਆ, ਸਾਡਾ ਖਾਣਾ ਹਰਾਮ ਹੋਇਆ ਉਹਦੇ ਵੱਲ ਵੇਖ ਕੇ। ਲੈ ਉਹ ਭਾਈ ਚੱਲਦੀ ਆ, ਨਵਾਂ ਚੱਲਦੀ ਆ, ਬਿਮਾਰ ਆ ਭਾਈ ਆ ਸਾਡਾ, 2-3 ਸਾਲ ਤੋਂ ਬਿਮਾਰ ਆ। ਕਿਉਂ ਪਤਾ ਤੈਨੂੰ ਲੱਗਾ ਕੁਛ ਨਹੀਂ ਹੋ? ਅੱਛਾ ਤੁਸੀਂ ਸਾਡੇ ਅਗਰ ਰਿਸ਼ਤੇਦਾਰ ਹੁੰਦੇ ਨਾ ਤੇ ਪਰਸੋਂ ਫੇਰ ਮੈਨੂੰ ਹਾਸਲਪੁਰੋਂ ਵਾਪਸ ਆਉਣਾ ਪੈਣਾ ਸੀਗਾ। ਉਹ ਕਿਉਂ? ਓਏ ਉਹ ਕਿਉਂ, ਉਹ ਤੇ ਦੱਸ ਜਾ ਓਏ, ਇੱਕ ਹੋਰ ਫੌਤਗੀ ਤੇ। ਓ ਜਾ ਯਾਰ ਆਪਣਾ ਕੰਮ ਕਰ ਜਾ ਮੇਰਾ ਵੀਰ, ਇਹ ਆ ਕਿ ਇੱਕ ਮਿੰਟ ਪੁੱਛ। ਅੱਛਾ ਜੇ ਤੁਸੀਂ ਸਾਡੇ ਰਿਸ਼ਤੇਦਾਰ ਹੁੰਦੇ ਨਾ ਤੇ ਫੇਰ ਮੈਂ ਜਾਣਾ ਹੀ ਨਹੀਂ ਸੀਗਾ, ਫੇਰ ਮੈਂ ਇੱਥੇ ਹੀ ਰਹਿ ਲੈਣਾ ਸੀ, ਕਿਉਂਕਿ ਇੱਕ ਅੱਧੇ ਦਿਨ ਦਾ ਤਾਂ ਕੰਮ ਆ ਸਾਰਾ। ਕਾਹਦਾ ਯਾਰ? ਤੂੰ ਬਿਮਾਰ, ਤੈਨੂੰ ਵਾਰੇ ਨਹੀਂ ਆ ਰਿਹਾ ਵੀ ਬਿਮਾਰ ਆ ਤੂੰ? ਫੌਤਗੀ ਦੀ ਵਜ੍ਹਾ ਤੋਂ ਸਾਰੇ ਇਰਾਦੇ ਆਪਣੇ ਬਣਾਉਣੇ ਸੀ। ਖੁਦਾ ਦਾ ਖੌਫ ਖਾ, ਕਿਸੇ ਵਾਸਤੇ ਅੱਛੀ ਦੁਆ ਕਰੀ ਦੀ ਹੁੰਦੀ, ਅੱਛੀ ਨੀਅਤ ਰੱਖੀ ਦੀ ਹੁੰਦੀ ਆ, ਤੂੰ ਇਹ ਕਹਿ ਕੇ ਯਾਰ ਅੱਲਾ ਪਾਕ ਇਹਨੂੰ ਸਿਹਤ ਆਪ ਕਰੇ ਤੇ ਇਹਨੂੰ ਤੰਦਰੁਸਤੀ ਦੇਵੇ। ਅੱਲਾ ਦੇ ਹੁਕਮ ਅੱਗੇ ਤਾਂ ਕੋਈ ਗੱਲ ਨਹੀਂ ਨਾ, ਉਹ ਤੇ ਤੈਨੂੰ ਉਹਦੇ ਅੱਗੇ ਕਹਿਣ ਡਿਆ ਕਿ ਯਾਰ ਤੂੰ ਵੀ ਦੁਆ ਕਰ। ਅੱਛਾ ਮੈਂ ਫੇ ਹਾਸਲਪੁਰੋਂ ਨਾ, ਸਾਡੇ ਇੱਥੇ ਰਿਸ਼ਤੇਦਾਰੀ ਹੈਗੀ ਥੋੜੀ, ਇੱਥੇ ਆ ਜਾ ਮੇਰਾ ਭਾਈ, ਤੂੰ ਮੈਨੂੰ ਲੱਗਦਾ ਕੋਈ ਲੰਬੀ ਗੱਲ ਕਰਨੀ ਹੈ, ਇੱਥੇ ਆ ਕੇ ਕਰ ਲਾ। 2-4 ਆ ਮੇਰਾ ਭਾਈ ਸਾਡੇ ਇੱਥੇ ਬਸ, ਉਹ ਇਹ ਹੈ ਕਿ ਦੇਖੋ ਸਕਿਆਂ ਦੇ ਜਿਹੜੇ ਨਾ ਸੱਕ ਨਹੀਂ ਲਾਉਣੇ ਹੁੰਦੇ, ਇਨਸਾਨ ਮੁਸਲਮਾਨ ਇਹ ਸਾਰੀ ਕਾਇਨਾਤ ਜਿਹੜੀ ਹੈ ਇੱਕ ਦੂਸਰੇ ਦੇ ਅਸੀਂ ਭੈਣਾਂ ਭਰਾ ਹਾਂ। ਇਸ ਹਿਸਾਬ ਨਾਲ ਪਰਸੋਂ ਚੌਥ ਨੂੰ ਇਹ ਤਾਂ ਹੋਣ ਲੱਗਾ ਫੌਤ, ਉਹ ਇਹ ਨਾ ਰਿਸ਼ਤੇਦਾਰੀ ਵਾਲਾ ਮਾਮਲਾ ਹੋਵੇ, ਚਲੋ ਫਿਰ ਤਾਂ ਮੈਂ ਰਹਿ ਲਵਾਂ ਇੱਥੇ, ਲੇਕਿਨ ਅਸੀਂ ਲੋਕ ਸਾਰੇ ਹੀ ਇੱਕ ਦੂਸਰੇ ਦੇ ਭੈਣਾਂ ਭਰਾ ਹਾਂ, ਤੁਸੀਂ ਵੀ ਮੇਰੇ ਭਰਾ ਆ, ਇਹ ਵੀ ਮੇਰਾ ਭਰਾ ਆ, ਉਹ ਤੁਹਾਡੀ ਸਾਡੀ ਇੱਕ ਰਿਸ਼ਤੇਦਾਰੀ ਬਣਦੀ ਤਾਂ ਹੈ ਨਾ, ਅਸੀਂ ਇੱਕੋ ਬਾਬੇ ਆਦਮ ਦੀ ਔਲਾਦ ਆ ਸਾਰੇ। ਧੱਕੇ ਨਾ ਸਾਡਾ ਫੁੱਫੜ ਕਿਉਂ ਬਣਾਉਂਦੇ ਆ, ਤੂੰ ਜਾ, ਅਸੀਂ ਤੈਨੂੰ ਕਦੋਂ ਕਹਿੰਦੇ ਇੱਥੇ ਰਹਿ ਜਾਂ ਨਾ ਰਹਿ? ਉਸ ਹਿਸਾਬ ਨਾਲ ਇਹ ਹੈ ਕਿ ਨਾ ਤਾਂ ਮੇਰਾ ਫੋਨ ਨੰਬਰ ਆ ਤੁਹਾਡੇ ਕੋਲ, ਕਿ ਜਿਹੜਾ ਤੁਸੀਂ ਮੈਨੂੰ ਫੌਤ ਮਤਲਬ ਫੋਨ ਕਰ ਦਿਓਗੇ ਕਿ ਜੀ ਫੌਤ ਹੋ ਗਿਆ ਅਤੇ ਆ ਜਾਓ, ਅਤੇ ਮੈਂ ਭਾਈ ਐਡਵਾਂਸ ਤੁਹਾਡੇ ਕੋਲ ਅਫਸੋਸ ਕਰ ਲੈਂਦਾ, ਮਹਿੰਗਾਈ ਦਾ ਦੌਰ ਆ, ਮੇਰੇ ਕੋਲ ਬਾਅਦ 'ਚ ਹਾਸਲਪੁਰੋਂ ਆਇਆ ਨਹੀਂ ਜਾਣਾ, ਅਤੇ ਦੁਆ ਕਰ ਲਓ ਜੀ।
ओ यार कादी दुआ कर ली है यार भाई कादी दुआ कर ली तू हर वीडियो च आके कह देना दुआ करो कादी करवाई जाना अज दस ही दे सानू दुआ कर अपनी फौतगी दी ले ओ कर ला ओए कर ला के ते पता नहीं हो ही जावे ठीक आ मेरे की नाम मरहूम दा मरहूम दे सगीरा कबीरा गुनाह माफ फरमाई मैं नहीं दुआ करनी यार तू ओदे को करा ला यार या अल्लाह इत्ते रहमत करी एदी कबर नू जन्नतां दे बागां च इक बाग बनाई या अल्लाह इहदे पिछले ओए आमीना कहीं ओए आमीना कहीं वारसां नूं सुकून देई ओए आमीना कहीं अगो तसल्ली देई या अल्लाह सब ते रहमत रखी आमीन आमीन ला इलाहा इल्लल्लाह ला इलाहा इल्लल्लाह ओ हो हो ओ जींदा वा कादियां हवा पईयां ना साडे ते भरावा देख मेरे भाई ओ जींदा वा साडा भाई आ 3 साल तों बीमार अच्छा असी हस्पतालों में भी चेक कराया पैसे ला ला थक गए असी सुकून ना वेख सौ लो दो मिनट ओ पैसे लाउन जोगे नहीं है ओ, 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 कूड़मती आदमी तेन कह रहे हैं पैसे ला ला थक गए मैं दो मिनट लम्बे पै लो नाल ही पै जाओ परे नूं माड़ा जिहा यार असी कहना दौड़ते दौड़ते पैसे लाए परे नूं माड़ा जिहा की गल है इत्थे कोई टच चिणदे हटे ने कि इहनां नूं आराम दिवाउणा उहनां ने कहा है पैसे ला ला मैं थक गया है ओ भाजी मैं कहा दो मिनट लक सीधा कर ला इत्थे पैसे भाई ओ मेरे सोहणे ओ मेरे शहजादे कहण दा मतलब ए आ कि असी कोई पाकिस्तान दी नुकर नहीं छड़ी जिथे किसे ने कहा कि उत्थे लै जाओ आराम आ जाएगा कि असी अपनी पूरी कोशिश कीती आ ये हुण अगे अल्लाह नूं मंजूर आ असी भाई नूं चुकिया घर लै अज धुप निकली बाहर आया तू इत्थों लंघदे आ मैं ते इत्थे फौतगी ते आया सी हासलपुर आया ते वापस जा रहा मैं ते लारी फड़नी उत्थों हुण ते हासलपुर ते लारी उधरों भी मिलदी है तू हासलपुर आया ना भाई फौतगी ते आया सी तू सोचिया वी इत्थों जांदे जांदे इक होर फौतगी हासिल कर लां तैनूं कहिंदे बीमार आ यार देखो जड़ी होंगी ना खुराक बड़ी वड्डी चीज़ होंगी है घोड़ा ना घोड़ा लम्मा पिया हो उद को उठ के तुरया ना जाता होनू चार दिन खुराक खुआ दो ना वो कहता मैं टांगे च नहीं हो जुड़ना मैं किसी दौड़ च लैके जाओ मैं दौड़ दौड़ांगा खुराक ऐसी चीज़ है यार बंदा वा ये मुताबिक दस असी तो थक गए डॉक्टर को जा जा दवाइया एडे 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 छापर खवा चले देखो दवाइया होंदिया ने गर्म ਇਹਦੇ ਮੇਦੇ ਜਿਗਰ 'ਚ ਪੈ ਗਈ ਗਰਮੀ ਉਹਦੀਆਂ ਅੱਖਾਂ 'ਤੇ ਉਹਦਾ ਰੰਗ ਨਹੀਂ ਦੇਖਣ ਦੇ ਤੁਸੀਂ ਕਿੱਦਾਂ ਮਿੱਟੀ ਮਿੱਟੀ ਵਰਗਾ ਹੋਇਆ ਰੰਗ ਤਾਂ ਸੜ ਗਿਆ ਵਾ ਦੇਖੋ ਤੁਹਾਨੂੰ ਕਿਸੇ ਸਿਆਣੇ ਬੰਦੇ ਨੇ ਹਾਲੇ ਤੱਕ ਇਹ ਨਹੀਂ ਦੱਸਿਆ ਕਿ ਮੌਸਮ ਚੱਲਣ ਡਿਆ ਗਾਜਰਾਂ ਦਾ ਮੌਸਮ ਚੱਲਣ ਡਿਆ ਕਿੰਨੂ ਮਾਲਟਿਆਂ ਦਾ ਆ ਇਦਾਂ ਹੀ ਮੌਸਮ ਚੱਲਣ ਡਿਆ ਚਕੰਦਰਾਂ ਦਾ ਵੀ ਤੁਸੀਂ ਦੋ ਗਾਜਰਾਂ ਲਵੋ ਦੋ ਕਿੰਨੂ ਲਵੋ ਵਿੱਚ ਇੱਕ ਚਕੰਦਰ ਪਾਓ ਉਹਦਾ ਜੂਸ ਕੱਢੋ ਜੂਸ ਕੱਢ ਕੇ ਇਹਨੂੰ ਦਿਓ ਇੱਕ ਗਲਾਸ ਸਵੇਰ ਤੇ ਇੱਕ ਸ਼ਾਮ ਮੁੰਡਾ ਤੁਹਾਡਾ ਦੇਖਿਓ ਕਿਦਾਂ ਉੱਠ ਕੇ ਬੈਂਦਾ ਆਪਾਂ ਕਰਕੇ ਵੇਖਿਆ ਯਾਰ ਤੁਸੀਂ ਲੋਕ ਨਾ ਅਸਲ ਜੇ ਦੇਸੀ ਚੀਜ਼ਾਂ ਛੱਡ ਗਏ ਆਵਾਜ਼ ਦਿਓ ਕਿਸੇ ਨੂੰ ਤੇ ਬਣਵਾਓ ਹੁਣੇ ਹੀ ਦੇਖੋ ਕੀ ਬਣਦਾ ਓਏ ਆਪਣਾ ਨਵੀਦ ਓ ਯਾਰ ਅੰਦਰੋਂ ਆਪਣਾ ਗਾਜਰਾਂ ਦਾ ਕੀ ਪਾਉਣਾ ਜੀ ਵਿੱਚ ਦੋ ਗਾਜਰਾਂ ਪਵਾ ਲਾ ਬਾਕੀ ਨੂੰ ਕਹਿ ਦੋ ਕਿੰਨੂ ਪਾ ਲਾ ਤੇ ਇੱਕ ਐਡਾ ਕਿ ਚਕੰਦਰ ਛਿਲ ਕੇ ਨਾ ਤੇ ਉਹਦਾ ਜੂਸ ਕੱਢ ਕੇ ਲਿਆਓ ਜਾ ਮੇਰਾ ਵੀਰ ਛੇਤੀ ਕਰ ਲਾਇਆ ਲਾਇਆ ਮੇਰਾ ਆਹ ਦੇਖਿਓ ਤੁਸੀਂ ਇਹ ਬਾਬਾ ਜੀ ਦੇਸੀ ਜਿਹੜਾ ਕੰਮ ਹੁੰਦਾ ਨਾ ਅਠਾਵਾਂ ਜੀ ਇਹਨੂੰ ਅਠਾਓ ਅਠਾਓ ਬਿਸਮਿਲ੍ਲਾ ਬਿਸਮਿਲ੍ਲਾ ਉੱਠ ਕੇ ਬਹਿ ਯਾਰ ਇੰਨਾ ਯਾ ਅੱਲਾ ਸਾਡੇ ਮਰੀਜ਼ ਨੂੰ ਸਿਹਤਯਾਬੀ ਦੇ ਪੀਣਾ ਵਾ ਮੇਰਾ ਪੁੱਤ ਪੀਏਗਾ ਜਦ ਮੈਂ ਪਿਆਉਣ ਡਿਆ ਤਾਂ ਪੀਏਗਾ ਕਿੱਦਾਂ ਨਹੀਂ ਆਪਾਂ ਇਹਦੇ ਇਹਨੂੰ ਢਾ ਕੇ ਪਿਆ ਦੇਣਾ ਜਿਹੜਾ ਮਰੀਜ਼ ਹੁੰਦਾ ਉਹਨੇ ਨਾ ਕਰਨੀ ਹੁੰਦੀ ਹੈ ਇੱਕ ਮਰੀਜ਼ ਤੇ ਇੱਕ ਨਿਆਣਾ ਇਹਨੇ ਕਹਿਣਾ ਮੈਂ ਨਹੀਂ ਅੰਮੀ ਰੋਟੀ ਖਾਣੀ ਮੈਂ ਨਹੀਂ ਅੰਮੀ ਰੋਟੀ ਜਿਹੜੀ ਸਿਆਣੀਆਂ ਬੁੱਢੀਆਂ ਹੁੰਦੀਆਂ ਉਹ ਬੱਚੇ ਨੂੰ ਆਰੇ ਲਾ ਕੇ ਧੱਕੇ ਨਾਲ ਚਾਰਦੀਆਂ ਰਹਿੰਦੀਆਂ ਕੁਛ ਨਾ ਕੁਛ ਮਰੀਜ਼ ਦਾ ਤੇ ਜਿਹੜੀਆਂ ਹੁੰਦੀਆਂ ਉਦਾਂ ਦੀਆਂ ਉਹ ਬਸ ਇੱਕੋ ਵਾਰੀ ਨਿਆਣੇ ਨੇ ਜਾਂ ਮਰੀਜ਼ ਨੇ ਕਿਹਾ ਮੇਰਾ ਦਿਲ ਨਹੀਂ ਕਰਦਾ ਉਹ ਕਹਿੰਦਾ ਇਹਦਾ ਦਿਲ ਨਹੀਂ ਕਰਦਾ ਹੁਣ ਚੁੱਕ ਕੇ ਛਾਬਾ ਪਰੇ ਨੂੰ ਮਰੀਜ਼ ਨੂੰ ਤੇ ਨਿਆਣੇ ਨੂੰ ਧੱਕੇ ਨਾਲ ਉੱਠ ਕੇ ਬਹਿ ਉੱਠ ਕੇ ਬਹਿ ਦੇਖੀ ਤੂੰ ਸਿੱਧਾ ਹੁੰਦਾ ਪੁੱਤਰਾ ਤੇਰਾ ਇੱਕ ਮਿੰਟ ਹਾਂ ਉੱਠ ਕੇ ਬਹਿ ਹਾਂ ਇਹ ਆਲਾ ਫੜ ਆ ਫੜ 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 ਇਹਨੂੰ ਗੋਡਿਆਂ ਦਾ ਕੋਈ ਮਸਲਾ ਦਰਦਾਂ ਦੁਰਦਾਂ ਤੁਰੇ ਨਹੀਂ ਜਾਂਦਾ ਸੋਜਾਂ ਪਈਆਂ ਪੈਰ ਤੇ ਜੋੜ ਜੁੜੇ ਪਏ ਨੇ ਇਹਦੇ ਆ ਕੰਮ ਤਾਂ ਖਰਾਬ ਹੋ ਗਿਆ ਇਹਨੂੰ ਆ ਜਿਲੇ ਪਿਆ ਤਾਂ ਠੰਡਾ ਹੁੰਦਾ ਨਾ ਹਾਂ ਇਹਦੇ ਗੋਡੇ ਜਿਹੜੇ ਆ ਉਹ ਹੋਰ ਦਰਦ ਕਰਨ ਲੱਗ ਪੈਣੇ ਇਹਦੇ ਤੇ ਓ ਹੋ 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 ਲੰਮੇ ਪੈ ਜਾ ਯਾਰ ਇਹਦਾ ਮਸਲਾ ਖਰਾਬ ਹੋ ਜਾਣਾ ਇਹਦਾ ਵਾ 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 ਇਹ ਤੇ ਪੱਕਾ ਆਇਆ ਸੀ ਨਾ ਕੁੱਕੜ
फौतगी दे उत्ते ए उहदे उत्तों चंगा है ये आ के सब कुछ ना जिहड़ा हजम हो जाएगा ए ते दूसरी गल जिहड़ा जूस हुंदा है वह जग च जिन्ना आवे ना उन्ना ही पी लईदा हुंदा वो तेरे जोड़ा लई नहीं चंगा जहर है तेरे लई हाँ लेकिन मेरे वास्ते चंगा है तो फिर थोड़ा मंगा लेंदे असीं भाजी नहीं नहीं ये है कि सही है सही है भाजी साडे जोड़ तो ठीक है हाँ अल्लाह तुहाडे जोड़ ठीक ही रखे जी अल्लाह पाक तुहाडे जोड़ बनाई रखे अल्लाह पाक ਭਰਾਵਾਂ ਦੀਆਂ ਜੋੜੀਆਂ ਸਹੀ ਸਲਾਮਤ ਰੱਖਿਆ ਕਿਉਂਕਿ ਉਹਨਾਂ ਦੇ ਚਲੇ ਜਾਣਾ ਜੋੜੀ ਰਹਿ ਜਾਣੀ ਖੈਰ ਤੁਹਾਡੀ ਬਾਦਸ਼ਾਹ ਗਲਾਸਾਂ ਦੀ ਵੀ ਜੋੜੀ ਮੰਗਾ ਲਈ ਹੈ ਗਲਾਸ ਦੀ ਵੀ ਜੋੜੀ ਮੰਗਾ ਲਈ ਨਹੀਂ ਨਹੀਂ ਸਿੰਗਲ 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 ਇੱਥੇ ਇਕੱਲਾ ਆਇਆ ਇਕੱਲੇ ਨੇ ਜਾਣਾ ਭਾਈ ਇਹਨੇ ਨਾ ਸੋਜਾਂ ਪਈ ਜਾਂਦੀਆਂ ਪੈਰਾਂ ਤੇ ਆ ਮੈਂ ਅੱਗੇ ਭਾਈ ਨਾਲ ਗੱਲ ਕਰਨੀ ਸੀ ਮੈਨੂੰ ਵੇਖ ਕੇ ਪਈ ਜਾਂਦੀਆਂ ਸੋਜਾਂ ਆਹਾ ਹਾ ਜਿੱਥੇ ਨਾਪਦੇ ਉੱਥੇ ਡੂੰਗ ਪੈਂਦਾ ਅੱਛਾ 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 ਇਹ ਨਹੀਂ ਸਮਝ ਆਉਂਦੇ ਆ ਵਧੀ ਜਾਂਦੀ ਆ ਦਿਨ ਘਰ ਪੱਕਾ ਕੀ ਹੈ ਘਰ ਕੀ ਪੱਕਣਾ ਭਾਜੀ ਇਹ ਬਿਮਾਰ ਆ ਕੀਮਾ ਪੱਕਾ ਸੀ ਰਾਤੀ ਉਹ ਕਿਤੇ ਖਾਦਾ ਹੀ ਨਹੀਂ ਦੱਸੋ ਮਗਾਓ ਮਗਾਓ ਖਾਂਦਾ ਹੀ ਨਹੀਂ ਭਾਜੀ ਉਹ ਮਗਾਓ ਮਗਾਓ ਮੈਂ ਤੁਹਾਨੂੰ ਦੱਸਣ ਡਿਆ ਮਗਾਓ ਕੀਮਾ ਇਹਦੇ ਅੰਦਰ ਖੁਰਾਕ ਦੀ ਕਮੀ ਆ ਦਿਓ ਮੁੰਡੇ ਨੂੰ ਆਵਾਜ਼ ਓਏ ਨਵੀਦ ਨਵੀਦ ਮੈਂ ਦੇ ਰਿਹਾ ਦੋ ਰੋਟੀਆਂ ਤੇ ਕੌਲੀ ਭਰ ਕੇ ਕੀਮਾ ਲੈ ਕੇ ਆ ਤੇਰਾ ਦਾਨੇ ਉਹਨਾਂ ਕਹੀ ਉੱਤੇ ਤੇਰਾ ਧਨੀਆ ਧੁਨੀਆ ਤੇਰਾ ਕੁਦਰਕ ਦਾ ਮਾੜਾ ਜਿਹਾ ਪਾ ਦੇਣ ਉੱਤੇ ਆਹੋ ਖੁਰਾਕ ਦੀ ਕਮੀ ਨਾਲ ਵੀ ਜਿਸਮ 'ਚ ਹੁੰਦਾ ਆਇਆ ਬਾਦੀ ਵੀ ਹੈ ਹਾਂਜੀ 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 ਇਹ ਹੋ ਜਾਏਗਾ ਸੈੱਟ ਕੋਈ ਮਸਲਾ ਨਹੀਂ ਐਸਾ ਇੱਕ ਵਾਰੀ ਆਵਾਜ਼ ਦਿਓ ਜਲਦੀ ਆਵੇ ਉਹ ਨਵੀਦ ਛੇਤੀ ਨਾ ਕਰਾ ਲਿਆ ਯਾਰ ਗਰਮ ਭਾਜੀ ਭਾਈ ਸਾਡਾ ਠੀਕ ਹੋ ਜਵੇ ਸਾਨੂੰ ਹੋਰ ਕੋਈ ਗੱਲ ਹੋ ਗਿਆ ਹੋ ਗਿਆ ਜੋ ਵੀ ਸਾਡਾ ਲੱਗਾ ਲਗਾਇਆ ਸਾਨੂੰ ਭੁੱਲ ਜਾਣਾ ਜੇ ਆਪਣੇ ਪੈਰਾਂ ਤੇ ਖਲੋਣਾ ਮੈਂ ਕਹਿੰਦਾ ਤੁਸੀਂ ਮਹੀਨੇ ਕ ਚ ਇਹਨੂੰ ਵੀ ਭੁੱਲ ਜਾਣਾ ਕਿਉਂਕਿ ਜਿਹੜਾ ਮਰ ਜਾਂਦਾ ਉਹਨੂੰ ਭੁੱਲ ਹੀ ਜਾਂਦੇ ਸਾਰੇ ਉਹ ਯਾਰ ਵਿੱਚ ਕੀ ਚਵਲ ਭਾਈ ਮਾਰਨ ਲੱਗ ਪੈਣਾ ਤੂੰ ਚੰਗਾ ਭਲਾ ਗੱਲ ਕਰਦਾ ਕਰਦਾ ਤੂੰ ਦੌੜ ਪੈ ਜਾਂਦਾ ਸੀ ਪਰਲੇ ਪਾਸੇ ਕੱਚੀ ਬਸਤੀ 'ਚ ਆ 3 ਸਾਲ ਹੋ ਗਏ ਸੀ ਉਹ ਵੀ ਵੇਚ ਕੇ ਦੇ ਉੱਤੇ ਲਾਤਾ ਬਸ ਅੱਜ ਇਹ ਚ ਹੁਣ ਟ੍ਰੈਂਡ ਹੈ ਇਹ ਤੁਸੀਂ ਫੌਤਗੀ ਦੇ ਵੇਚ ਕੇ ਲਾ ਦੇਣਾ ਜੋ ਦੇਸੀ ਚੀਜ਼ਾਂ ਦਾ ਮਜ਼ਾ ਹੈ ਨਾ ਆਹਾ ਯਕੀਨ ਕਰੋ ਠੰਡ ਪੈ ਗਈ ਅੱਲਾ ਪਾਕ ਇਹਦੀ ਕਬਰ ਵੀ ਠੰਡੀ ਕਰੇ ਓਏ ਠੰਡ ਪੈ ਗਈ ਠੰਡ ਪੈ ਗਈ ਫਰਿੱਜ 'ਚ ਦਫਨਾ ਦਈਏ ਠੰਡ ਤਾਂ ਤੈਨੂੰ ਪਈ ਜੂਸ ਤੂੰ ਪੀ ਗਿਆ ਯਾਰ ਤੂੰ ਆਇਆ ਨਹੀਂ ਕੀਮਾ ਉਹ ਨਵੀਦ ਲੈ ਆਇਆ ਜਾਂ ਗਰਮ ਹੋਇਆ ਤੇ ਆ ਗਿਆ ਵੀ ਆ ਗਿਆ ਲਓ ਇਹ ਕੀਮਾ ਅੰਦਰ ਜਾਣ ਦੀ ਦੇਰ ਹੈ ਦੇਖਿਓ ਕਿੱਦਾਂ ਠੀਕ ਹੁੰਦਾ ਹਾਂਜੀ ਹਾਂਜੀ ਉਠਾਓ ਜੀ ਉਠਾਓ ਬਿਸਮਿਲ੍ਲਾ ਜੀ ਬਿਸਮਿਲ੍ਲਾ ਜੀ ਬਿਸਮਿਲ੍ਲਾ ਖਾਣਾ ਹੀ ਓ ਆਹਾ ਖਾਏਗਾ ਤੇ ਤੇਰੇ ਅੰਦਰ ਤੇ ਕੁਝ ਹੋਊਗਾ ਬਣੂਗਾ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਲੈ ਹੁਣ ਖਾ ਲਵੀ ਹਾਂ ਤੇਰੇ ਅੰਦਰ ਜਾਏਗੀ ਨਾ ਕੋਈ ਸ਼ਾਇਦ ਫਿਰ ਤੈਨੂੰ ਸਕੂਨ ਹੋਣਾ ਐ ਦੋਵੇਂ ਰੋਟੀਆਂ ਤੇ ਸਾਰਾ ਕੀਮਾ ਤੂੰ ਖਾਣਾ ਆ ਠੀਕ ਹੈ ਨਾ ਕੋਈ ਖਾਏਗਾ ਤੇ ਕੋਈ ਗੱਲ ਬਣਨੀ ਆ ਮੂੰਹ ਅੱਡ ਆਹੋ ਤਾਕਤ ਫੇਰ ਹੀ ਆਉਣੀ ਆ ਅੱਡ ਮੂੰਹ ਅੱਡ ਮੂੰਹ ਹਾਂ ਇਹ ਆ ਦੇਖ ਹੁਣ ਦੇਖੀ ਤੇਰੀ ਸਿਹਤ ਬਣਦੀ ਇਹਨੂੰ ਬਲੱਡ ਪ੍ਰੈਸ਼ਰ ਤਾਂ ਨਹੀਂ ਬਲੱਡ ਪ੍ਰੈਸ਼ਰ ਤੇ ਇਹਦਾ 220 200 ਓ ਹੋ ਹੋ ਫੇ ਤਾਂ ਇਹਦੇ ਵਾਸਤੇ ਜ਼ਹਿਰ ਆ ਹੈ ਵਾ 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 ਨਹੀਂ ਬਈ ਸਾਲਣ ਤੁਹਾਡੇ ਘਰ ਦਾ ਬਹੁਤ ਸਵਾਦੀ ਹੈ ਮਿਰਚਾਂ ਮੇਰੇ ਖਿਆਲ ਆਪ ਭਿਉਨੇ ਆ ਨਾ ਹਾਂਜੀ ਘਰ ਦੀ ਮਿਰਚ ਆਪਦੀ ਵੀ ਆਪਣੀ ਦਾਦੜ ਮਿਰਚ ਬਾਜੀ ਲਾ ਲਓ ਬੁਰਕੀ ਤੁਸੀਂ ਕਹਿ ਰਹੇ ਨਹੀਂ 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 ਓਕੇ 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 ਨਹੀਂ ਨਹੀਂ ਬਸ ਮੈਂ ਖਾ ਲਾਂਗਾ ਆਪੀ ਖਾ ਲਾਂਗਾ ਤੁਸੀਂ ਦੇਖੋ ਬਸ ਮੈਂ ਅਸਲ ਜੀ ਗੱਲ ਪਤਾ ਕੀ ਹੈ ਦਾਨੇ ਬਾ ਦਾਨੇ ਪੇ ਲਿਖਾ ਹੈ ਖਾਣੇ ਵਾਲੇ ਦਾ ਨਾਮ ਆ ਜੀ ਤਕੇਸ਼ਾਈ ਨਾ ਹਾਂਜੀ ਉਹ ਇਹ ਹੈ ਕਿ ਤੁਹਾਡੇ ਘਰ 'ਚ ਨਾ ਮੇਰਾ ਰਿਜ਼ਕ ਸੀਗਾ ਅੱਲਾ ਪਾਕ ਨੇ ਮੈਨੂੰ ਲੈ ਕੇ ਆਂਦਾ ਕਦੋਂ ਮੈਂ ਇਧਰੋਂ ਲੰਘਣਾ ਸੀਗਾ ਕਦੋਂ ਇਹਨੇ ਫੌਤ ਬਿਮਾਰ ਬਿਮਾਰ ਹੋਣਾ ਸੀਗਾ ਤੇ ਉਹ ਭਾਜੀ ਅੱਧੀ ਰੋਟੀ ਦੀ ਤੋੜ ਕੇ ਭਾਜੀ ਚੁੱਪ ਨਹੀਂ ਮੈਂ ਖਾ ਲਾਂਗਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਭਾਜੀ ਉਹਦਾ 220 240 ਹੁੰਦਾ ਵਾ ਸਾਡਾ ਨਾਰਮਲ ਹੀ ਰਹਿੰਦਾ ਇਹ ਦੇਖੋ ਤੁਸੀਂ ਕਿ ਇਹਨੂੰ ਨਾ ਤੁਸੀਂ ਗੋਸ਼ਤ ਨਹੀਂ ਦੇਣਾ ਨਹੀਂ ਨਹੀਂ ਇਹਨੂੰ ਕੱਲ ਹੀ ਦੇਣਾ ਹਾਂ ਗੋਸ਼ਤ ਦਿੱਤਾ ਕਿਉਂਕਿ ਇਹਦਾ ਕੋਲੇਸਟ੍ਰੋਲ ਵਧਿਆ ਹੋਣਾ ਤੇ ਇਹ ਕੀਮੇ ਨਾਲ ਹੋਰ ਵਜਣ ਤੁਸੀਂ ਖਾ ਲਓ ਤੇ ਹਾਸਲਪੁਰ ਦਾ ਐਡਰੈਸ ਦੇ ਦਿਓ ਇੱਥੇ ਸਵੇਰੇ ਡੈਵੋ 'ਚ ਰਖਵਾ ਦਿਆ ਕਰਾਂਗੇ ਜਿਹੜੀ ਖੁਰਾਕ ਇਹਨੂੰ ਦੇਣੀ ਹੈ ਉਹ ਤੁਹਾਡਾ ਨਾਂ ਲਿਖ ਕੇ ਰਖਵਾ ਦਿਆ ਕਰਾਂਗੇ ਤੁਸੀਂ ਖਾਈ ਜਾਇਓ ਹਾਂ ਮੈਂ ਲਿਖਾ ਦੇਣਾ ਓਏ ਯਾਰ ਤੇਰੀ ਕੁਸ਼ਤੀ ਆ ਉੱਥੇ ਕੋਈ
ਅੱਗੇ ਉਹ ਕੱਚਿਆ ਨਹੀਂ ਹੁੰਦਾ ਅੱਗੇ ਉਹ ਕਹਿਣ ਡਿਆ ਲਿਆਓ ਕਾਪੀ ਪੈਨਸਲ ਭਾਜੀ ਜਦੋਂ ਉਹਦਾ 120 ਹੈ ਤੂੰ ਵਾਪਸ ਮੋੜ ਦੇ ਰੋਟੀ ਬਈ ਉਹ ਡਿੱਗ ਪੀ ਟੋਏ ਬਈ ਤੁਹਾਡੇ ਘਰ ਦਾ ਅੱਲਾ ਪਾਕ ਮੇਰੀਆਂ ਧੀਆਂ ਨੂੰ ਮੇਰੀਆਂ ਨੂੰਹਾਂ ਨੂੰ ਸਿਹਤ ਤੰਦਰੁਸਤੀ ਦੇਵੇ ਚੰਗੇ ਘਰ ਦੀਆਂ ਧੀਆਂ ਲਿਆਂਦੀਆਂ ਬਈ ਤੁਸੀਂ ਹਾਂਜੀ ਬਾਹਰੋਂ ਨਹੀਂ ਕੋਈ ਚੰਗਾ ਲੱਭਣ ਡਿਆ ਭਾਜੀ ਨਾ ਸਿਰ ਨੂੰ ਲਾ ਲਾ ਸਿਰ ਨੂੰ ਮਜ਼ਾ ਆ ਗਿਆ ਘਿਓ ਦੇਸੀ ਘਰ ਦਾ ਮੱਝਾਂ ਕੀ ਨਹੀਂ ਜੀ ਮੱਝਾਂ ਵਾਲਿਆਂ ਕੋਲ ਲਿਆਉਂਦਾ ਵਾ 3200 ਰੁਪਏ ਕਿਲੋ ਅੱਛਾ 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 ਤੁਸੀਂ ਖਾ ਪਿਆ ਵਿੱਚ ਭੋਰਾ ਮੱਝਾਂ ਦੋ ਤਿੰਨ ਰੱਖ ਲਈਆਂ ਸੀ ਸੰਡਾ ਦਾ ਤੁਹਾਡਾ ਘਰ ਦਾ ਹੈ ਸੰਡੇ ਦੀ ਤੇ ਇਹੀ ਤਾਂ ਹੋਈ ਹੈ ਦਿਖਾ ਵੀ ਨਬਜ਼ ਦਿਖਾ ਵੀ ਸਾਡ ਮੇਰੇ ਚਾਚਾ ਜੀ ਮੇਰੇ ਹੈਗੇ ਹਕੀਮ ਤੁਹਾਡੇ ਹਾਂਜੀ ਤੇ ਉਹ ਆ ਕੇ ਬਚਪਨ ਤੋਂ ਬਹਿਣਾ ਖਲੋਣਾ ਜਿਹੜਾ ਆ ਉਹ ਚਾਚਾ ਜੀ ਕੋਲ ਰਿਹਾ ਮਾੜਾ ਮੋਟਾ ਦੇਖ ਲੈਂਦੇ ਹੋ ਹਾਂਜੀ 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 ਚੰਗਾ ਭਲਾ ਦੇਖ ਲੈਂਦੇ ਕੀ ਜੇ ਤੁਹਾਡਾ ਬੰਦਾ 15 ਮਿੰਟਾਂ ਬਾਅਦ ਉੱਠ ਕੇ ਨੌਂਬਰ ਨੂੰ ਆ ਜਾਵੇ ਫਿਰ ਅਸੀਂ ਤੈਨੂੰ ਦਵਾਵਾਂ ਹੀ ਦੇਣੀਆਂ ਵਾ ਅਸੀਂ ਸਾਨੂੰ ਤਾਂ ਆ ਗਿਆ ਉੱਠ ਕੇ ਬਹਿ ਜਾਵੇ ਬਸ ਦੁੱਧ ਮੰਗਾਓ ਹੈਂ ਦੁੱਧ ਇੱਕ ਗੱਲ ਮੇਰੀ ਜ਼ਿਹਨ 'ਚ ਰੱਖ ਲਈ ਜੂਸ ਹੋ ਗਿਆ ਜੀ ਉਸ ਤੋਂ ਬਾਅਦ ਆ ਕੀਮਾ ਵੀ ਹੋ ਗਿਆ ਛੋਟਾ ਹੁਣ ਚੀਜ਼ ਉਹ ਮੰਗਾਈ ਜਿਹੜੀ ਇਹਦੇ ਲਈ ਸਹੀ ਹੈ ਆ ਜੇ ਕੋਈ ਸਵਾਲ ਜਵਾਬ ਪੁੱਛਣਾ ਤੇ ਪਹਿਲੇ ਪੁੱਛ ਲਾ ਉਸ ਤੋਂ ਬਾਅਦ ਜਿਹੜਾ ਆਉਂਦੇ ਜਿਹੜਾ ਤੂੰ ਜ਼ਹਿਰ ਕਰ ਦਿੰਦਾ ਨਾ ਮਿੰਟ ਤੋਂ ਪਹਿਲੇ ਉਹਦੇ ਲਈ ਸ਼ੈ ਹਰਾਮ ਕਰ ਦਿੰਦਾ ਉਹ ਤੇਰੇ ਲਈ ਹਲਾਲ ਹੋ ਜਾਂਦੀ ਆ ਜਿਹੜੀ ਸਾਡੇ ਸਾਰਿਆਂ ਲਈ ਹਲਾਲ ਹੋਵੇ ਉਹ ਪੁੱਛ ਲਾ ਪਹਿਲੇ ਉਹ ਪੁੱਛ ਲਾ ਮੰਗਾਓ ਦੁੱਧ ਮੰਗਾਓ ਪੱਕੀ ਗੱਲ ਪੱਕੀ ਉਹ ਨਵੀਦ ਉਹ ਦੁੱਧ ਲਿਆ ਅੰਦਰੋਂ ਭਰ ਨਵੀਦ ਪੁੱਤ ਦੁੱਧ ਲੈ ਕੇ ਆ ਦੁੱਧ ਲਿਆ ਤੇ ਨਾਲੇ ਆ ਬਰਤਨ ਵੀ ਲੈ ਜਾਣਗੇ ਦੁੱਧ ਲਿਆ ਪ੍ਰਾਹਣੇ ਦੁੱਧ ਲਿਆ ਇਹਨੇ ਪੀਣਾ ਹਾਂਜੀ ਹਾਂਜੀ ਲਿਆ ਨਵੀਦ ਲੈ ਜਾ ਪੁੱਤ ਬਰਤਨ ਲੈ ਜਾ ਮੇਰਾ ਬੇਟਾ ਅੱਲਾ ਪਾਕ ਤੈਨੂੰ ਲੈ ਜਾ ਉਹਨੇ ਕੋ ਤਜ਼ਾਬ ਪਾ ਕੇ ਧੋਵੋ ਇਹਨਾਂ ਨੂੰ ਦੁੱਧ ਤਾਂ ਲੱਗਦਾ ਘਰ ਦਾ ਹੀ ਹੈ ਦੁੱਧ ਜੀ ਆਪਣੇ ਨਾਲ ਦੇ ਮਈਆਂ ਰੱਖੀਆਂ ਉਹਨਾਂ ਕੋ ਚਵਾ ਕੇ ਚਵਾਵਾ ਦੁੱਧ ਲੈ ਰਹਿਣ ਦਾ ਲੰਮੇ ਪਿਆ ਕੇ ਉਠਾਵਾ ਇਹਨੇ ਹੁਣ ਕਿਉਂ ਲੰਮੇ ਪੈ ਰਹਿਣਾ ਇਹਦੇ ਉੱਠਣ ਦਾ ਟਾਈਮ ਆ ਗਿਆ ਬਲਕਿ ਕਾਫੀ ਜ਼ਿਆਦਾ ਉੱਠਣ ਦਾ ਟਾਈਮ ਆ ਗਿਆ ਇਹਦਾ ਉੱਠ ਇਹਨੇ ਉੱਠ ਜਾਣਾ ਅਗਲਿਆਂ ਨੇ ਆ ਕੇ ਉਠਾ ਲੈਣਾ ਐ ਹੁਣ ਤੂੰ ਡਕਾਰ ਇੰਜ ਦੇ ਲੈਣੇ ਆ ਪੀ ਕੇ ਨਾ ਮੈਂ ਤੈਨੂੰ ਦੱਸਣ ਡਿਆ ਹੀ ਹਾਂ ਇੱਕੋ ਸਾਡੇ ਪੀਣਾ ਸੁੱਟ ਅੰਦਰ ਦਰਾ ਤੇਰੀਆਂ ਥਕਾਵਟਾਂ ਦੂਰ ਹੋਣ ਮੇਰਾ ਪੁੱਤਰ ਦਵਾਈਆਂ ਨੇ ਨਾ ਤੇਰੇ ਖੁਸ਼ਕ ਕਰ ਖੁਸ਼ਕੀ ਕਰ ਦਿੱਤੀ ਆ ਦੁੱਧ ਪੀਏਗਾ ਫੜ ਤਿੰਦਾ ਆ ਜਾਊਗਾ ਰਾਤ ਨੂੰ ਖੰਘਦਾ ਤੇ ਨਹੀਂ ਦੋ ਦੋ ਤਿੰਨ ਵਾਰੀ ਵਾਸ਼ਰੂਮ ਜਾਂਦਾ ਨਾਲ ਇਹਦੇ ਨਾ ਉਹ ਡਾਕਟਰਾਂ ਨੇ ਕਿਹਾ ਕਿ ਇਹਦੇ ਨਾ ਛਾਤੀ ਤੇ ਜਾਂ ਛਾਤੀ ਜਾਂ ਬਲਗਮ ਰਹਿੰਦੀ ਹੈ ਲਓ ਜੀ ਜਿਸ ਬੰਦੇ ਨੂੰ ਹੋਵੇ ਬਲਗਮ ਛਾਤੀ ਜੰਮੀ ਹੋਵੇ ਇੱਕ ਮਿੰਟ ਹੋਇਆ ਭਾਜੀ ਰਾਤ ਨੂੰ ਖੰਘਦਾ ਹੋਵੇ ਉਹਦੇ ਵਾਸਤੇ ਕੇਲਾ ਦੁੱਧ ਦਹੀਂ ਠੰਡੀਆਂ ਚੀਜ਼ਾਂ ਇਹ ਜ਼ਹਿਰ ਨੇ ਤੁਸੀਂ ਇਹਨਾਂ ਗੱਲਾਂ ਤੇ ਲਾਨਤ ਪਾਓ ਤੁਸੀਂ ਘੁੱਟ ਭਰੋ ਜਦੋਂ ਹਰ ਸ਼ੈ ਤੇਰੇ ਲਈ ਜ਼ਹਿਰ ਆ ਤੈਨੂੰ ਕੀ ਦਈਏ ਕੀ ਦਈਏ ਭਾਜੀ ਤੈਨੂੰ ਕੀ ਦਈਏ ਕੀਮਾ ਤੇਰੇ ਲਈ ਜ਼ਹਿਰ ਆ ਇਹਦੇ ਲਈ ਹਲਾਲ ਆ ਆ ਦੁੱਧ ਤੇਰੇ ਲਈ ਜ਼ਹਿਰ ਆ ਇਹਦੇ ਲਈ ਹਲਾਲ ਆ ਆ ਜੂਸ ਗਾਜਰਾਂ ਦਾ ਤੇਰੇ ਲਈ ਤਾਂ ਜ਼ਹਿਰ ਆ ਇਹਦੇ ਲਈ ਹਲਾਲ ਆ ਤੂੰ ਇਕੱਲਾ ਹੀ ਹਰਾਮ ਦਾ ਵਾ ਵੀ ਦੁੱਧ ਤਾਂ ਬਹੁਤ ਖਰਾਬ ਹੈ ਤੁਹਾਡਾ ਨਹੀਂ ਬਹੁਤ ਖਰਾ ਦੁੱਧ ਬਹੁਤ ਖਰਾ ਚਵਲੇ ਜਾਂਦੀ ਹੈ ਤਿੰਨਾ ਸਾਵਾਂ 'ਚ ਦੁੱਧ ਪੀਦਾ ਕੁੱਤੇ ਆ ਗਿਆ ਤੈਨੂੰ ਅਕਲ ਹੀ ਨਹੀਂ ਹੈਗੀ ਕਿਸ ਤਰ੍ਹਾਂ ਮੂੰਹ ਨੂੰ ਲਾਉਣਾ ਤੇ ਗੜਗੜ ਕਰ ਜਾਂਦਾ ਉਹ ਤੂੰ ਬਿਮਾਰ ਆ ਕੀਮੇ ਦੀਆਂ ਕਿੱਦਾਂ ਭਰ ਭਰ ਬੁਕਰੀਆਂ ਲਾਉਣ ਡਿਆ ਨੌ ਵੀ ਇੰਨੇ ਇੰਨੇ ਗਿੱਲੇ ਤੈਨੂੰ ਬਿਮਾਰੀ ਦੇ ਵਿੱਚ ਖਾਣ ਦੀ ਤਮੀਜ਼ ਨਹੀਂ ਹੈ ਤੇ ਜਾਜਰਾਂ ਦੇ ਜੂਸ ਸੰਝ ਪੀਨਾ ਜਿਵੇਂ ਤੇਰੀ ਕੁਸ਼ਤੀ ਆ ਕਿਸੇ ਗੰਦੇ ਖਾਨਦਾਨ ਦੇ ਆ ਲੈ ਜਾ ਮਗਰੋਂ ਕਿਤੇ ਸਾਡੇ ਹੋ ਚੰਗਾ ਬਿਮਾਰ ਹੋਇਆ ਤੂੰ ਹੋਰ ਪਤਾ ਨਹੀਂ ਅੱਗੇ ਕੀ ਪਕਾਉਣਾ ਪੈਣਾ ਕਦੇ ਤੂੰ ਸਾਲਨ ਨੂੰ ਤਾਂ ਦੁੱਧ ਪੀ ਜਾਂਦਾ ਕਤੂਰਾ ਵਾ ਤੂੰ ਕਤੂਰਾ ਕਿੱਦਾਂ ਡਕਾਰ ਮਾਰਦਾ ਤੂੰ ਲਓ ਜੀ ਮੈਂ ਤਾਂ ਤੁਹਾਡੇ ਘਰ ਨਾ ਕਿਤੇ ਮਹੀਨਾ ਕਰਾ ਲਵਾਂ ਮੈਂ ਤਾਂ ਭਲਵਾਨ ਬਣ ਜਾਊਂਗਾ ਅੰਦਰ ਤੇਰੇ ਚਿੱਕੜ ਹੋ ਗਿਆ ਹੋਣਾ ਚਿੱਕੜ ਤੈਨੂੰ ਤਮੀਜ਼ ਨਹੀਂ ਹੈਗੀ ਉੱਥੇ ਜਾਂਦੇ ਨੇ ਡਿੱਗ ਪੈਣਾ ਤੂੰ ਉੱਥੇ ਜਾਂਦੇ ਨੇ ਗਾਜਰਾਂ ਦੇ ਜੂਸ ਤੋਂ ਕੀਮਾ ਤੇ ਕੀਮੇ ਦੇ ਉੱਤੋਂ ਦੁੱਧ ਸਮਝਾਓ ਸਮਝਾਓ ਇਹਨੂੰ ਇਹ ਬੇਵਕੂਫਾ ਇਹਨੂੰ ਹੈ ਇੱਕ ਲਾਂਤੀ ਹੈ ਮਾਰਾ ਇਦਾਂ ਹੀ ਤੇਰੇ ਮੈਂ ਚੰਗਾ ਤੂੰ ਬਿਮਾਰ ਹੋ ਗਿਆ ਸਾਨੂੰ ਤਾਂ ਲੈ ਤੂੰ ਲੈ ਕੇ ਬਹਿ ਗਿਆ 5700 ਦੀ ਤੂੰ ਰੋਟੀ ਖਾ ਗਿਆ ਇੱਕ ਘੰਟੇ 'ਚ ਹਾਂ ਇਦਾਂ ਹੀ ਹੈ ਇਹ ਤਦੇ ਤਾਂ ਬਿਮਾਰ ਹੋ ਗਿਆ ਖਾਣ ਪੀਣ ਦੀ ਤਮੀਜ਼ ਨਹੀਂ ਇਹਨੂੰ ਆ ਜਿੰਨੀ ਖੁਰਾਕ ਇਹਦੇ ਅੰਦਰ ਗਈ ਹੈ ਨਾ ਹਾਂ 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 ਇਹਦੇ ਆਟੋਮੈਟਿਕ ਠੀਕ ਹੋ ਜਾਣਾ ਭਾਈ ਇਦਾਂ ਹੀ ਇਦਾਂ ਹੀ
डकार भी मार ला सारा हराम खाते ना करी जा खादा पीता डकार ते मार लिया उन्हें चोरी छुपे खुराक मेरे अंदर नहीं गई मेरे सामने किसी और अंदर गई है ਇਹਨੂੰ ਕਿਸੇ ਡਾਕਟਰ ਡਾਕਟਰ ਨੂੰ ਚੰਗੇ ਨੂੰ ਦਿਖਾਣਾ ਸੀ ਯਾਰ ਆ ਇੱਥੇ ਹੈਗਾ ਜੀ ਡਾਕਟਰ ਆਪਣਾ ਉਹ ਕੁਛ ਵੀ ਨਹੀਂ ਉਹ ਕੁਛ ਵੀ ਨਹੀਂ ਹੈ ਉਹ ਕੁਛ ਨਹੀਂ ਕੁਛ ਨਹੀਂ ਮੈਂ ਦੱਸਿਆ ਹੀ ਨਹੀਂ ਹਲੇ ਕਿਹੜਾ ਉਹ ਜਿਹੜਾ ਵੀ ਤੂੰ ਦੱਸ ਰਿਹਾ ਮੈਨੂੰ ਪਤਾ ਹੈ ਕੱਖ ਨਹੀਂ ਹੈਗਾ ਡਾਕਟਰ ਉਹ ਭਾ ਜੀ ਇਹ ਕੋਈ ਹਾਸਲਪੁਰ ਇਲਾਕਾ ਟੱਪੀਏ ਤੇ ਸ਼ੁਰੂ ਹੋ ਜਾਂਦਾ ਮਤਲਬ ਉਹ ਯਾਰ ਤੈਨੂੰ ਕੀ ਪਤਾ ਫੈਸਲਾਬਾਦ ਦੇ ਬਾਰੇ ਚੌਥੇ ਮੀਲ ਤੋਂ ਤੂੰ 1400 ਮੀਲ ਤੋਂ ਆ ਕੇ ਸਾਨੂੰ ਦੱਸੀ ਜਾਂਦਾ ਸਾਡਾ ਡਾਕਟਰ ਚੰਗਾ ਨਹੀਂ ਤੂੰ ਨਾਮ ਹੀ ਨਹੀਂ ਪੁੱਛਿਆ ਯਾਰ ਮੈਂ ਤੁਹਾਨੂੰ ਦੱਸਿਆ ਕਿ ਚਾਚਾ ਜੀ ਮੇਰੇ ਹਕੀਮ ਨੇ ਹਾਂ ਦੱਸਿਆ ਅੱਜ ਤੋਂ ਮੈਂ ਨੰਬਰਸ ਸਿੱਖੀ ਕੀ ਵੜਨੀ ਨਹੀਂ ਦੇਖਣੀ ਨਹੀਂ ਨਹੀਂ ਬੜਾ ਕੰਮ ਸਿੱਖਿਆ ਤੂੰ ਮੈਨੂੰ ਕਾਲ ਕਰਾਓ ਇੱਕ ਨੰਬਰ ਤੋਂ ਕਾਲ ਕਰਾਓ ਇਹਦਾ ਦੇਖੋ ਕਰਾ ਭਾਈ ਇੰਜ ਕੁਝ ਚੱਜ ਦਾ ਡਾਕਟਰ ਦਾ ਦੱਸੀ ਤੇਰੀ ਮਿਹਰਬਾਨੀ ਭਰਾਵਾ ਅੱਲਾ ਖੋਲ ਦਵਾਂ ਤੈਨੂੰ ਡਾਕਟਰ ਨਾ ਹੋਵੇ ਉਹ ਵੀ ਆਣ ਕੇ ਇਹਨੂੰ ਕਵੇ ਆ ਖਰਾਕ ਖਾ ਤੇ ਆ ਖਾ ਬੰਦੇ ਦਾ ਪੁੱਤਰ ਹੋਣਾ ਚਾਹੀਦਾ ਅਸੀਂ ਬੀਬੀਆਂ ਨੂੰ ਦਿਖਾ ਚੁੱਕੇ ਹਾਂ ਓਏ ਉੱਠ ਕੇ ਤੁਰ ਫਿਰ ਲੈ ਕਿੰਨਾ ਕੁਝ ਖਾ ਗਿਆ ਤੂੰ ਫੋਨ ਲੈ ਗੱਲ ਕਰ ਰਿਹਾ ਮੈਂ ਰਾਤੀ ਮੈਂ ਲੁੱਡੋ ਦੀ ਬਾਜ਼ੀ ਲੱਗੀ ਅੱਛਾ ਮੈਂ ਤਾਂ ਫੈਸਲਾਬਾਦ ਆਇਆ ਨਾ ਇੱਥੇ ਪੌਦਗੀ ਹੋ ਗਈ ਸੀ ਹਾਂਜੀ ਹਾਂਜੀ ਕੌਣ ਜਿੱਤਿਆ ਰਾਤੀ ਇੱਥੋਂ ਤਾਂ ਤੂੰ ਜਿੱਤੇ ਉੱਥੇ ਦਾ ਪੁੱਛ ਲਾ ਅੱਛਾ ਇਹ ਮਾਖਾ ਜਿੱਤ ਜਾਂਦਾ ਰੋਟੀ ਪਈ ਵੇ ਕਿਸੇ ਨੂੰ ਕਿਹਨੂੰ ਰੋਟੀ ਪਈ ਆ ਜਿਨ੍ਹਾਂ ਦਾ ਭਰਾ ਬਿਮਾਰ ਆ ਉਹਨਾਂ ਨੂੰ ਪਈ ਹੈ ਤੇ ਮੈਂ ਨਾ ਜਿਲੇ ਨਿਕਲਿਆ ਇੱਥੋਂ ਫੌਤਗੀ ਤੋਂ ਤੇ ਮੈਂ ਪੱਕੀ ਵੱਲ ਨੂੰ ਜਾਣ ਡਿਆ ਸੀ ਲਾਰੀ ਚੜ੍ਹਨ ਵਾਸਤੇ ਰਾਹ 'ਚ ਦੋਸਤ ਮਿਲ ਗਏ ਅਤੇ ਉਹਨਾਂ ਦੇ ਘਰ ਦਾ ਖਾਣਾ ਹੁਣ ਜਦੋਂ ਵੀ ਆਪਾਂ ਲੈਲਪੁਰ ਆਉਣਾ ਆਪਣੇ ਨਾਲ 15 ਬੰਦੇ ਹੁਣ 20 ਹੁਣ 30 ਹੁਣ ਆਪਾਂ ਰੋਟੀ ਇਹਨਾਂ ਦੇ ਘਰੋਂ ਖਾਣੀ ਹੈ ਯਾਰ ਰੋਟੀ ਇੱਥੋਂ ਖਾਣੀ ਹੈ ਕੀ ਯਤੀਮ ਖਾਣੇ ਆ ਅਸੀਂ ਬੈਠੇ ਜਾਂ ਇੱਥੇ ਕੀ ਗੱਲ ਆ ਰੋਟੀ ਇੱਥੇ ਕਿਹੜੀ ਗੱਲੋਂ ਖਾਣੀ ਹੈ ਫੋਨ ਤਾਂ ਤੂੰ ਫੜਿਆ ਕਿਸੇ ਦੀ ਮੈਂ ਗੱਲ ਕਰਦਾ ਮੈਂ ਉਹਨਾਂ ਨੂੰ ਪੁੱਛਦਾ ਵਾਂ ਕਿ ਕੀ ਗੱਲ ਬਾਤ ਆ ਨਹੀਂ ਨਹੀਂ ਉਹ ਮੈਂ ਤਾਂ ਫੋਨ ਇਸ ਵਾਸਤੇ ਫੜਿਆ ਸੀ ਮੇਰੇ ਕੋਲ ਬੈਲੈਂਸ ਨਹੀਂ ਸੀਗਾ ਤੇ ਉਸ ਵਕਤ ਹੀ ਮੈਨੂੰ ਮਿਸ ਕਾਲਾਂ ਕਰਨ ਡਿਆ ਸੀ ਮੈਂ ਕਿਹਾ ਪਤਾ ਨਹੀਂ ਕਿੰਨਾ ਕੁ ਜ਼ਰੂਰੀ ਕੰਮ ਹੋਣਾ ਯਾਰ ਫੌਤਗੀ ਤੇ ਕਿੱਦਾਂ ਪਹੁੰਚਿਆ ਸੀ ਤੂੰ ਕੌਣ ਤੂੰ ਮੈਂ ਲਾਰੀ ਤੇ ਆਇਆ ਸੀ ਹੈ ਲਾਰੀ ਤੇ ਲਾਰੀ ਦੇ ਪੈਸੇ ਕਿਹਦੇ ਕੋਲ ਦਵਾਏ ਸੀ ਉਹ ਉੱਥੋਂ ਆਪਣਾ ਇੱਕ ਕਜ਼ਨ ਹੈਗਾ ਉਹ ਬਾ ਦਿੰਦਾ ਹੁੰਦਾ ਮੈਨੂੰ ਲਾਰੀ ਤੇ ਲਾਰੀ ਮੈਂ ਇੱਕ ਤੇਰੇ ਇਧਰੋਂ ਲਾਰੀ ਨਾ ਮੂੰਹ ਤੇ ਮਾਸ਼ਾਅੱਲਾਹ ਇਧਰ ਉਧਰ ਦੀਆਂ ਦੋ ਚਾਰ ਗੱਲਾਂ ਕਰਕੇ ਹੀ ਬੰਦੇ ਨੇ ਗੱਲ ਤੇ ਆਉਣਾ ਹੁੰਦਾ ਹੁਣ ਉਹਨੇ ਤਾਂ ਮੇਰੇ ਕੋਲ ਫੋਨ ਖੋਲਿਆ ਮੈਂ ਘਟਾ ਗੱਲ ਕਰਨੀ ਸੀ ਲੈ ਯਾਰ ਤੂੰ ਆ ਹੁਣ ਸਾਡੇ ਮਰੀਜ਼ ਦੀ ਗੱਲ ਕਰ ਤੂੰ ਯਾਰ ਕਿਤੇ ਕੋਈ ਗੱਲ ਕਰ ਲੈਂਦੇ ਜਦੋਂ ਤੂੰ ਮੋਬਾਈਲ ਦੇ ਹੀ ਦਿੱਤਾ ਤੂੰ ਗੱਲ ਕਰ ਲੈਣਦੇ ਉਹ ਯਾਰ ਸਕਰਨ ਨਹੀਂ ਸੀ ਦਿਆ ਫਿਰ ਮੈਂ ਖੋਣਾ ਹੀ ਸੀ ਵੀ ਐਡੀ ਬਦਤਮੀਜ਼ੀ ਮੈਂ ਕਿਹਾ ਬਦਤਮੀਜ਼ ਤਾਂ ਬਦਤਮੀਜ਼ੀ ਪੈ ਮਤਲਬ ਉਹ ਗੱਲ ਭਰਾਵਾ ਕਰ ਯਾਰ ਕੁਛ ਉਹਨੂੰ ਪੁੱਛੇ ਤੇ ਸੋਚਾਂ ਕਾਲੀ ਪੈਣ ਦੀਆਂ ਆ ਰੰਗ ਕਾਲੀ ਸੜੀ ਜਾਣ ਦਿਆ ਵਾ ਅਸਲਾਮ ਅਲੈਕਮ ਚਾਚਾ ਜੀ ਹਾਂਜੀ ਉਹ ਫੋਨ ਬੰਦ ਹੋ ਗਿਆ ਸੀ ਇੱਥੇ ਕੋਈ ਸਿਗਨਲ ਦਾ ਕੋਈ ਮਸਲਾ ਆ ਤੇ ਉਹ ਆਪਣਾ ਮਰੀਜ਼ ਆ ਇੱਕ ਆਪਣੇ ਅਜ਼ੀਜ਼ ਨੇ ਰਿਸ਼ਤੇਦਾਰ ਨੇ ਉਹਨਾਂ ਨੇ ਰੋਟੀ ਪਾਣੀ ਖਵਾਈ ਹੈ ਮੈਨੂੰ ਜੂਸ ਪਿਆਏ ਨੇ ਆ ਦੁੱਧ ਮੈਨੂੰ ਪਿਆ ਤਾ ਕਿਲੋ ਡੇਢ ਕਿਲੋ ਉਹਨਾਂ ਦਾ ਅਤੇ ਇਹਨੂੰ ਨਾ ਪੈਰ 'ਤੇ ਸੋਜਾਂ ਪਈਆਂ ਹੀ ਆ ਅਤੇ ਵਾਹਵਾ ਚਿਰ ਤੋਂ ਪਿਆ ਆ ਅਤੇ ਢਿੱਡ ਫੁੱਲਿਆ ਆ ਅੱਖਾਂ ਇੱਕ ਮਿੰਟ ਮੈਂ ਦੱਸਦਾ ਦੱਸਦਾ ਖੋਲ ਅੱਖਾਂ ਹਲਕੀਆਂ ਹਲਕੀਆਂ ਪੀਲੀਆਂ ਆ ਨੌ ਨੌ ਆ ਨੱਪਤਾ ਆ ਨਹੀਂ ਨੱਪਣ ਤੋਂ ਬਾਅਦ ਨੌ 'ਚ ਛੇਤੀ ਖੂਨ ਨਹੀਂ ਆਉਂਦਾ ਹਾਂ ਹਾਂ ਦੇਖ ਲਾ ਚਾਚਾ ਇਹ ਆ ਕਿ ਜੇ ਬੰਦਾ ਠੀਕ ਨਾ ਹੋਇਆ ਤੇਰੀ ਹਕੀਮੀ ਨੂੰ ਵੀ ਇਲਾਜ ਲੱਗ ਜਾਣੀ ਹੈ ਤਾਂ ਸਾਡਾ ਵੀ ਇੱਥੇ ਖਾਧਾ ਪੀਤਾ ਹਰਾਮ ਹੋ ਜਾਣਾ ਫਿਰ ਮੋਗੀ ਗੱਲ ਜੇ ਨਾ ਠੀਕ ਹੋਇਆ ਤੇਰੀ ਥਾਂ 'ਤੇ ਇੱਥੇ ਛਿੱਤਰ ਮੈਂ ਖਾ ਕੇ ਆਊਂਗਾ ਘਰ ਨੂੰ ਮੋਗੇ ਹੀ ਗੱਲ ਓਕੇ ਕਰੋ ਜੀ ਓਕੇ ਜੀ ਤੋਂ ਨਾ ਗੱਲ ਕੀ ਕਹਿੰਦੇ ਕੀ ਕਹਿੰਦੇ ਹਕੀਮ ਸਾਹਿਬ ਬੰਦੇ ਸੱਦੋ ਦੋ ਬੰਦੇ ਤੁਸੀਂ ਹੈ ਦੋ ਬੰਦੇ ਹੋਰ ਸੱਦੋ ਇਹਨੂੰ ਗਲੀ 'ਚ ਨਾ ਉਹ ਖੰਭੇ ਤੋਂ ਲੱਗ ਕੇ ਇੱਥੇ ਤੱਕ ਜਿਵੇਂ ਜਨਾਜ਼ਾ ਚੁੱਕੀਦਾ ਇਹਨੂੰ ਨਾ ਤੁਸੀਂ 11 ਗੇੜੇ ਲਵਾਉਣੇ ਲੱਤਾਂ 'ਤੇ ਤੋਰ ਕੇ
ਨਹੀਂ ਨਹੀਂ ਤੋੜ ਕੇ ਨਹੀਂ ਇਹ ਮੰਜੇ ਤੇ ਪਿਆ ਰਵੇ ਤੁਸੀਂ ਮੋਢਿਆਂ ਤੇ ਚੁੱਕ ਲੈਣਾ ਮੰਜਾ ਤੇ ਐ ਨੂੰ ਚਲੇ ਗਏ ਐ ਨੂੰ ਚਲੇ ਗਏ ਮੈਂ ਇੱਥੇ ਬਹਿ ਕੇ ਤੁਹਾਡੇ ਗੇੜੇ ਗਿਣਦਾ ਲਾਲਾ ਜੀ ਜਿੰਨਾ ਇਹਨੇ ਖਾ ਲਿਆ ਵਾ ਇਹਦਾ ਪੈਦਲ ਬਣਦਾ ਸਫ਼ਰ ਨਹੀਂ 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 ਇਹ ਇਹ ਵਾਕ ਜਿਹੜੀ ਆ ਨਾ ਇਹ ਹੈਗੀ ਆ ਮਤਲਬ ਕਿ ਸਿਰਫ ਸੋਚਣ ਦੀ ਵਾਕ ਹਵਾਈ ਵਾਕ ਕਰਾਉਣਾ ਹਕੀਮ ਸਾਹਿਬ ਕੋਲ ਨਹੀਂ ਲੈ ਕੇ ਜਾਣਾ ਨਹੀਂ 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 ਉਹਨੇ ਦਸਤਾ ਕੁਲੀਆ ਉਹਨਾਂ ਨੇ ਕਿਹਾ ਜੀ ਆਹ ਕਰਾ ਲਓ ਉਹਨੇ ਕਿਹਾ ਜੇ ਬੰਦਾ 11ਵੇਂ ਚੱਕਰ ਦੇ ਵਿੱਚ ਠੀਕ ਨਾ ਹੋਵੇ ਤੇ ਮੇਰੀ ਜਗ੍ਹਾ ਤੇ ਤੂੰ ਛਿੱਤਰ ਖਾ ਕੇ ਆ ਜੀ ਮੈਂ ਕਿਹਾ ਜੀ ਮਨਜ਼ੂਰ ਆ ਉੱਠੋ ਜੀ ਸੱਦੋ ਬੰਦੇ ਜੀ ਅੱਗੇ ਕਦੀ ਪਾਇਆ ਉਹਨਾਂ ਨੂੰ ਬੰਦੇ ਸੱਦੋ ਜੀ ਚੁੱਕੋ ਜੀ ਬਈ ਉਹ ਬਲਾ ਯਾਰਾਂ ਨੂੰ ਉਹ ਭਾਈ ਠਹਿਰ ਜਾ ਇੱਕ ਮਿੰਟ ਤੋ ਤੁਸੀਂ ਕਦੀ ਘਰੋਂ ਕੋ ਤੋਰਿਆ ਨਹੀਂ ਅੱਜ ਤੱਕ ਬਾਹਾਂ ਸਿੱਧੀਆਂ ਕਰ ਆਪਣੀਆਂ ਲੱਤਾਂ ਸਿੱਧੀਆਂ ਕਰ ਅੱਛਾ ਤਾਂ ਜਾ ਚਿੱਟੀ ਉੱਤੇ ਦੱਸੋ ਚੱਦਰ ਕੱਲ ਹੀ ਦੇਣੀ ਹੈ ਦਿਓ ਚੱਦਰ ਚਿੱਟੀ ਉੱਤੇ ਦੇਈਦੀ ਹੁੰਦੀ ਹੈ ਦੇ ਦੇ ਯਾਰ ਦਿਓ ਗੈਪ ਕਰਨਾ ਇਹਨੂੰ ਲਿਖਾਈ ਵਾਲੀ ਹੁੰਦੀ ਹੈ ਆਹ ਕੋਈ ਕੁਛ ਨਹੀਂ ਦਿਓ ਤਾਂ ਫੜੋ 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 ਦੇ ਦੇ ਯਾਰ ਭਾਈ ਪਤਾ ਨਹੀਂ ਦਿਓ ਚੱਦਰ ਸਵਾਦ ਹੀ ਪੂਰੀ ਨਾ ਮੈਂ ਕਹਿੰਦਾ ਚਲੋ ਤੂੰ ਯਾਰ ਆ ਕੀ ਬਣਾਤਾ ਉਹਨੂੰ ਤੂੰ ਚਲੋ ਤੂੰ ਚੁੱਕੋ ਮੈਂ ਰੋਣਾ ਚੁੱਕੋ ਚੁੱਕੋ ਚੁੱਕ ਲਓ ਓਏ ਹੋਏ ਹੋਏ ਲੈ ਜਾ ਪਹਿਲਾ ਗੇੜਾ ਜਾ ਰਹੇ ਤੁਸੀਂ ਪਹਿਲਾ ਜਾਓ 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 ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਮੁੜੇ ਆਓ ਮੁੜੇ ਆਓ ਮੁੜੇ ਆਓ मुड़े आओ मुड़े आओ मुड़े आओ मुड़े आओ ठीक है ठीक है ठीक है पहला गेड़ा तुहाडा आ जिन्नी ने रोटी खादी दी वजह तो वजन वधिया है हां 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 जान दो जाने दो जाने दो जाने दो उस्ताद जाने दो ओ लाशा दे पीटी मास्टर वापस वापस मुड़ यार ऐसी केड़े काम ते लाया यार भाई इने आने दो आने दो इधर ला पासा नीमा कर सुने इधर ला पासा नीमा कर ਕੇ ਉੱਠ ਕੇ ਬਹਿ ਜਾ ਬੈਣਾ ਤੇ ਇਹ ਨਾ ਵੇਲਾ ਅਸ਼ਟਾ ਪੱਖਾ ਚੜ ਜੇ ਬਹਿ ਜਾ ਉੱਠ ਕੇ ਹਾਂ ਇਹਦਾ ਝੂਟੇ ਲੈ ਝੂਟੇ ਲੈ ਝੂਟੇ ਲੈ ਵਾਪਸ ਮੋੜ ਮੋੜੋ ਜੀ ਵਾਪਸ ਉਹ ਲੰਮੇ ਪਿਆ ਤੂੰ ਉਹਦੇ ਨਾਲ ਬਹੁਤਾ ਸਿਆਣਾ ਜਦੋਂ ਸਿਆਣਾ ਬੰਦਾ ਜੀ ਕਹਿੰਦੇ ਤੈਨੂੰ ਰਾਮ ਆ ਜਾਣਾ ਲੰਮਾ ਪਿਆ ਰਿਹਾ ਆ ਜਾਓ ਆ ਜਾਓ ਆ ਜਾਓ ਆ ਜਾਓ ਆਨੇ ਦੋ ਉਸਤਾਦ ਆਨੇ ਦੋ ਅੱਗੇ ਜਗ੍ਹਾ ਖਾਲੀ ਹੈ ਉਸਤਾਦ ਜੀ ਜੰਪ ਲੱਗਦੇ ਪਏ ਉਹ ਜੰਪ ਲੱਗਦੇ ਸਕੂਨ ਨਾਲ ਬਹਿ ਜਾ ਤੂੰ ਕਿਹੜਾ ਭਾਂਡੇ ਫੜੇ ਹੱਥ 'ਚ ਟੁੱਟ ਜਾਣੇ ਵਾਪਸ ਮੋੜੋ ਵਾਪਸ ਤੂੰ ਗਿਆ ਰਮਾਈ ਆ वापस मुड़ो वापस जाने दो उस्ताद जाने दो उस्ताद खिलार ला जरा तेल पानी भी चेक कर ला ओ की होया एनू कदी एनू ले जाने कदी ओनू ले जाने की होया ओ चाचा ओ बंदा नहीं बैठा आहो आहो किता बखाने वालों आया ओ दा कोई चाचा हकीम अच्छा ओने के अपने भरा नु चक्कर लवाओ इथे गली च हां ए ठीक हो जू मैं के करके देख लेने एदा चक्कर दवाउन ना कदी बंदा ठीक होया ओ मैं के पता कोई नहीं ओने ते कहया यारा चक्कर लवाओ ओए ओ बंदा हां जी बैठा एने तुहानू कहया सीगा वी एनु गाजरां दा जूस पियाओ हां जी पियाया एनु कहया कीमे नाल रोटी रूटी खवाओ हां जी ओ भी खवाई है एने आख्या वी गरम दूध हल्दी वाला एनु पा के पियाओ ओ भी पियाया ਓਏ ਤੇ ਫਰਾਡੀਆ ਹੈਗਾ ਇਹਨੇ ਪਰਸੋਂ ਮੇਰੇ ਭਰਾ ਨਾਲ ਵੀ ਇਦਾਂ ਕੀਤਾ ਆ ਫਾੜੋ ਇਹਨੂੰ ਜਰਾ ਰੋਕੋ ਓ ਤੇਰੀ ਬੇਸ਼ਰਮਾ ਫਰਾਡੀਆ ਹੈਗਾ ਆ ਤੇਰੀ ਅਸੀ ਦੀ ਤੈਸੀ ਖਾ ਕੇ ਤੂੰ ਓਏ ਤੇ ਪੇਟੂ ਖਾਏ ਜਿੱਥੇ ਦਿਲ ਕਰਦਾ ਇੰਜੀ ਕਰਦਾ ਸਾਰਿਆਂ ਦੇ ਨਾਲ